ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਜ਼ਿਲ੍ਹਾ ਜਲੰਧਰ ਤਹਿਸੀਲ ਫਲੋਰ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਅਪਰਾ ਵਿਖੇ ਔਰਤਾਂ ਵੱਲੋਂ ਬੜੀ ਹੁਸ਼ਿਆਰੀ ਅਤੇ ਚਲਾਕੀ ਨਾਲ ਲੁੱਟਖੋਹ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਇਹਨਾਂ ਘਟਨਾਵਾਂ ਤੇ ਕਾਬੂ ਪਾਉਣ ਲਈ ਪੁਲਿਸ ਬੇਬਸ ਹੋਈ ਪਈ ਹੈ। ਇਹਨਾਂ ਘਟਨਾਵਾਂ ਵਿੱਚ ਉਦੋਂ ਹੋਰ ਵੀ ਵਾਧਾ ਹੋ ਗਿਆ ਜਦੋਂ ਅਪਰਾ ਦੇ ਭਰੇ ਬਾਜ਼ਾਰ ਵਿੱਚ ਖਰੀਦਦਾਰੀ ਕਰ ਰਹੀਆਂ ਔਰਤਾਂ ਦੇ ਬੈਗ ਨੂੰ ਕੁਝ ਔਰਤਾਂ ਵੱਲੋਂ ਕੱਟ ਕੇ ਝੋਲੇ ਵਿੱਚੋਂ ਨਕਦੀ ਅਤੇ ਕਾਗਜ਼ਾਤ ਕੱਢ ਕੇ ਰਫੂ ਚੱਕਰ ਹੋ ਗਈਆਂ, ਜਿਸ ਦੀ ਸਾਰੀ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਘਟਨਾ ਦੀ ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਪੁੱਤਰ ਬਖਸ਼ੀਤ ਸਿੰਘ ਵਾਸੀ ਸਮਰਾੜੀ ਨੇ ਦੱਸਿਆ ਕਿ ਉਹਨਾਂ ਦੀ ਭੈਣ ਅਤੇ ਬੇਟੀ ਅਪਰਾ ਵਿਖੇ ਡਾਕਟਰ ਰੋਸ਼ਨ ਦੇ ਸਾਹਮਣੇ ਅਤੇ ਗਲੈਕਸੀ ਸ਼ੂ ਸਟੋਰ ਦੇ ਨੇੜੇ ਮਨਿਆਰੀ ਦੀ ਦੁਕਾਨ ਤੇ ਖਰੀਦਦਾਰੀ ਕਰ ਰਹੀਆਂ ਸਨ, ਜਿੱਥੇ ਦੋ ਹੋਰ ਅਣਪਛਾਤੀਆਂ ਔਰਤਾਂ ਵੀ ਖਰੀਦਦਾਰੀ ਬਹਾਨੇ ਆਈਆਂ ਅਤੇ ਬੜੀ ਚਲਾਕੀ ਨਾਲ ਉਹਨਾਂ ਦੀ ਬਾਂਹ ਵਿੱਚ ਪਾਏ ਬੈਗ ਨੂੰ ਬਲੇਡ ਨਾਲ ਕੱਟ ਕੇ ਬੈਗ ਵਿੱਚੋਂ ਪਰਸ ਕੱਢ ਕੇ ਫਰਾਰ ਹੋ ਗਈਆਂ। ਪਰਸ ਵਿੱਚ 40,000 ਰੁਪਏ, 105 ਪੌਂਡ, ਇੱਕ ਡਰਾਈਵਿੰਗ ਲਾਇਸੈਂਸ ਤੇ ਹੋਰ ਕਾਗਜ਼ਾਤ ਸਨ। ਉਹਨਾਂ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਅਪਰਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਬੂਟਾ ਸਿੰਘ ਢੀਂਡਸਾ, ਅਪਰਾ ਦੀ ਰਿਪੋਰਟ। ਉਹਦੇ ਵਿੱਚ 40,000 ਰੁਪਈਆ ਸੀਗਾ ਕੈਸ਼, 105 ਪਾਉਂਡ ਸੀਗੇ। ਅਤੇ ਉਹ ਮਨਿਆਰੀ ਵਾਲੀ ਦੁਕਾਨ ਤੋਂ ਸਮਾਨ ਕੁਛ ਖਰੀਦਿਆ, ਕੁਛ ਖਰੀਦੇ ਸੀ, ਉੱਥੇ ਬਰੇਟ ਮਾਰ ਕੇ ਬੈਗ ਪਾੜਿਆ ਗਿਆ, ਵਾਰਦਾਤ ਸਾਡੇ ਪੈਸੇ ਕੱਢੇ ਗਏ। ਹਾਂਜੀ, ਇਹ ਵੀ ਪਤਾ ਲੱਗਾ ਵੀ ਸੀਸੀਟੀਵੀ ਕੈਮਰੇ 'ਚ ਆਇਆ ਵੀ ਜਿਹੜੇ ਬਲੇਡ ਜਿਹਨੇ ਮਾਰੇ ਉਹ ਔਰਤ ਸੀਗੀ ਜਾਂ ਔਰਤਾਂ ਸੀਗੀਆਂ? ਉਹ ਔਰਤਾਂ ਸੀਗੀਆਂ। ਹਾਂ ਹਾਂਜੀ। ਟੋਟਲ ਕਿੰਨੇ ਪੈਸੇ? ਹੋਰ ਕੋਈ ਕਾਗਜ਼ਾਤ ਨੁਕਸਾਨ ਜਾਂ ਕੁੱਲ ਖਾਤੇ ਕਿੰਨੇ ਪੈਸੇ ਸੀਗੇ? ਕੁੱਲ 40,000 ਰੁਪਈਆ ਸੀਗਾ, 105 ਪਾਉਂਡ ਸੀਗੇ, ਅਤੇ ਬਾਕੀ ਆਪਣਾ ਲਾਇਸੈਂਸ ਸੀਗਾ ਵਿੱਚ, ਹੋਰ ਇੱਕ ਦੋ ਰਸੀਦਾਂ ਸੀਗੀਆਂ, ਬਾਹਰਲਾ ਕਾਰਡ ਸੀ, ਇੱਕ ਐਨਕਾਂ ਸੀਗੀਆਂ। ਹਾਂਜੀ।